ਤੁਹਾਡੇ ਫਿਰ ਇੱਕ ਨਵੇਂ ਬਲੌਗ ਦੇ ਵਿੱਚ। ਮੈਂ ਕਿਹਾ ਨਵੇਂ ਬਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ। ਅਤੇ ਵੈਸੇ ਇੱਕ ਗੱਲ ਆ, ਜਿੱਦਣ ਦੇ ਸਕੂਲ ਸ਼ੁਰੂ ਹੋਏ ਆ ਨਾ, ਘਰ 'ਚ ਰੌਣਕ ਹੈ ਨਹੀਂ ਨਾ, ਘਰ 'ਚ ਰੌਣਕ ਹੈ ਨਹੀਂ, ਨਿਆਣੇ ਚਲ ਜਾਂਦੇ ਆ ਸਕੂਲ ਕਾਲਜ, ਅਤੇ ਤੁਸੀਂ ਕਰਨ ਲੱਗੇ ਪਾਠ। ਚਲੋ ਤੁਸੀਂ ਪਾਠ ਕਰੋ ਫਿਰ। ਅਤੇ ਅੱਜ ਬਣਾਉਣਾ ਕੀ ਆ? ਨਹੀਂ ਛੋਲੇ, ਅੱਛਾ ਭਟੂਰੇ ਬਣਾਉਣੇ ਅੱਜ ਨਿਆਣਿਆਂ ਲਈ ਸਰਪ੍ਰਾਈਜ਼, ਛੋਲੇ ਭਟੂਰਿਆਂ ਦਾ। ਚਲੋ ਠੀਕ ਹੈ ਜੀ, ਬਹੁਤ ਆ ਸਬਜ਼ੀ। ਨਹੀਂ ਨਹੀਂ ਬਹੁਤ ਆ ਸਬਜ਼ੀ, ਸਬਜ਼ੀ ਬਹੁਤ ਆ, ਬਹੁਤ ਆ। ਰੀਨ ਕੀ ਸਬਜ਼ੀ ਆ ਤੇ ਕਹਿੰਦੇ ਜੇ ਜ਼ਿਆਦੀ ਆ ਤੇ ਮੈਨੂੰ ਪਾ ਦੇ। ਚਲੋ ਅੱਜ ਦੁਪਹਿਰੇ ਫਿਰ ਭਟੂਰੇ। ਓਕੇ ਲਓ ਜੀ, ਅੱਜ 10 ਵਜੇ ਰੋਟੀ ਖਾ ਲਈ ਆਪਾਂ, ਹੈ ਉਹਦਾ ਆਪਾਂ ਰੋਜ਼ ਲੇਟ ਹੋ ਜਾਂਦਾ ਸੀਗਾ ਰੋਟੀ ਖਾਣ ਲੱਗੇ ਨਾ। ਤੇ ਚੱਲਾਂ ਮੈਂ ਦੁਕਾਨ ਤੇ ਫਿਰ ਬਲੌਗ ਆਪਣਾ ਕਿਹੜਾ ਦੇ ਦਈਏ। ਅੱਛਾ ਅੱਛਾ ਠੀਕ ਆ, ਉੱਦਾਂ ਆਪਾਂ ਨੂੰ ਬਹੁਤ ਲੇਟ ਹੋ ਜਾਂਦਾ ਸੀਗਾ, ਪਰ ਹੁਣ ਤੁਹਾਡਾ ਟਾਈਮ ਪਾਸ ਔਖਾ ਹੀ ਹੁੰਦਾ ਹੋਣਾ। ਪਾਣੀ ਨੀ ਆਇਆ ਕੱਪੜੇ ਨੂੰ ਧੋਤੇ। ਹਾਂ ਚਲੋ ਠੀਕ, ਚੱਲਾਂ ਦੁਕਾਨੇ। ਕੀ ਲੈਣਾ? ਰਿਫਾਇੰਡ। ਓਕੇ ਆਲੋ, ਅੱਜ ਕੀ ਸਰੋਂ ਦਾ ਤੇਲ ਦੂਜਾ ਲੈ ਕੇ ਆਇਆ, ਦੇਖੋ ਇੱਕ ਵਾਰੀ। ਲਕਸ਼ਮੀ ਨੀ, ਇੱਕ ਨਵਾਂ ਆਇਆ ਯਾਰ, ਚੈੱਕ ਕਰਕੇ ਦੇਖੋ, ਪੈਕਟ ਆਇਆ। ਹਾਂ 118 ਦਾ ਕਹਿੰਦਾ, ਵਧੀਆ ਆਇਆ ਪੈਕਟ ਇਹ। ਉਹ 140 ਦਾ ਫਰਕ ਤਾਂ ਥੋੜਾ ਹੀ ਆ, ਪਰ ਕਹਿੰਦਾ ਇਹ ਵਧੀਆ ਵਿੱਕੀ, ਕਹਿੰਦਾ ਵਧੀਆ ਆਇਆ, ਇੱਕ ਵਰਤ ਕੇ ਦੇਖ ਲਓ। ਨਹੀਂ ਲਕਸ਼ਮੀ ਵਾਲਾ ਤੇਲ ਤਾਂ ਵਧੀਆ ਹੈਗਾ, ਇਹ ਰਿਫਾਇੰਡ ਵੀ ਵਿੱਚ ਹੀ ਇਹਦੇ ਹੁਣ, ਠੀਕ ਆ। ਤੇ ਆਹ ਬੋਤਲ ਚ ਪਾ ਲਈ, ਦੇਖਿਓ ਜੇ ਸਹੀ ਲੱਗੂਗਾ ਤੇ ਅਗਾਂਹ ਤੋਂ ਇਹ ਲਿਆਵਾਂਗੇ। ਸਮਝ ਗਿਆ, ਪਤਾ ਮੈਨੂੰ, ਉਹ ਛੇਕ ਜਿਹਾ ਹੁੰਦਾ ਵਿੱਚ ਉਹਦੇ। ਚਲੋ ਚੱਲ ਜਾਂਦੇ, ਲੈ ਆਵਾਂਗੇ ਚੱਲ ਕੇ। ਮੈਂ ਆਉਂਦਾ ਥੋੜੀ ਦੇਰ ਤੱਕ, ਪਹਿਲਾਂ ਚੱਲਾਂ ਦੁਕਾਨੇ, ਚੱਲਾਂ ਦੁਕਾਨੇ ਪਹਿਲਾਂ ਮੈਂ, ਤੁਸੀਂ ਤਿਆਰੀ ਕਰੋ ਹੁਣ ਛੋਲੇ ਭਟੂਰਿਆਂ ਦੀ। ਲਓ ਜੀ, ਮੰਮੀ ਕਰਦੇ ਪਏ ਆ ਸੂਟ ਦੀ ਤਰਪਾਈ, ਠੀਕ ਆ। ਤੇ ਅਸੀਂ ਹੁਣ ਜਾ ਕੇ ਦੇਖਦੇ ਹਾਂ ਕਿਚਨ ਦੇ ਵਿੱਚ। ਇੱਧਰ ਮਸਾਲਾ ਸਾਡਾ ਭੁੱਜਦਾ ਪਿਆ ਆ, ਠੀਕ ਆ। ਤੇ ਇੱਧਰ ਛੋਲੇ ਉਬਾਲ ਲਏ ਆ, ਤੇ ਉਸ ਤੋਂ ਬਾਅਦ ਇੱਧਰ ਅਸੀਂ ਬਣਾ ਲਿਆ ਸਿਰਕੇ ਵਾਲਾ ਪਿਆਜ਼, ਤੇ ਭਟੂਰਿਆਂ ਦਾ ਆਟਾ ਗੁੰਨਿਆ ਆ। ਦੇਖੋ ਜੀ, ਹੁਣ ਇਹ ਦੇਖੋ ਕਿ ਭਟੂਰੇ ਬਣਦੇ ਕਿੱਦਾਂ ਦੇ ਆ। ਆਟਾ ਤਾਂ ਆਪਣੇ ਵੱਲੋਂ ਵਧੀਆ ਗੁੰਨਿਆ ਆ। ਚਲੋ ਦੇਖਦੇ ਹਾਂ ਤੇ ਲਾਉਂਦੇ ਹਾਂ ਤੜਕਾ, ਫਿਰ ਬਾਅਦ ਚੋਂ ਸਬਜ਼ੀ ਬਣਾ ਕੇ ਤੁਹਾਨੂੰ ਦਿਖਾਲਦੇ ਹਾਂ। ਲਓ ਜੀ, ਅਸੀਂ ਹੁਣ ਸਾਰਾ ਕਲੀਨ ਕਰ ਦਿੱਤਾ ਆ, ਭਾਂਡੇ ਸਾਰੇ ਸਾਫ਼, ਸਾਰਾ ਕਲੀਨ ਕਰਕੇ ਆਹ ਬਣਦੀ ਪਈ ਆ ਸਾਡੀ ਸਬਜ਼ੀ। ਇਹ ਜਦ ਤੱਕ ਸਬਜ਼ੀ ਬਣਦੀ ਆ, ਤਦ ਤੱਕ ਕੱਪੜੇ ਸੁੱਕਣੇ ਪਾਇਆ ਨਵੇਂ ਕੋਠੇ 'ਤੇ। ਲਓ ਜੀ, ਸਾਰਾ ਸਾਫ਼ ਕਰਤਾ ਇੱਕਦਮ, ਡਸਟਿੰਗ ਕਰ ਦਿੱਤੀ ਆ। ਬਸ ਹੁਣ ਸਾਡੀ ਕੰਮ ਵਾਲੀ ਆਂਟੀ ਆਊਗੀ, ਅਤੇ ਆਂਟੀ ਨੇ ਸਫਾਈ ਕਰਕੇ ਜਾਣੀ, ਹਾਲੇ ਸਾਡੀ ਸਫਾਈ ਕਰਨ ਵਾਲੀ ਪਈ ਆ। ਉਸ ਤੋਂ ਬਾਅਦ ਮਿਲਦੇ ਹਾਂ ਦੁਪਹਿਰੇ ਰੋਟੀ 'ਤੇ। ਓਕੇ ਜੀ, ਬਣ ਗਈ ਸਬਜ਼ੀ ਸੁਬਜ਼ੀ ਹਰੀ ਸਬਜ਼ੀ, ਔਰ ਰੱਖੀ ਆ ਟੇਸਟ, ਚਾਹ ਪੀਣ ਲੱਗੀ ਹੁਣ। ਚਲੋ ਪੀਓ, ਹੈ ਵੀ ਸਬਜ਼ੀ ਦਾ ਟੇਸਟ, ਦੇਖਦੇ ਹਾਂ ਕਿੱਦਾਂ ਦੀ ਬਣੀ ਆ। ਸਫਾਈ ਸਫੂਈ ਸਾਰੀ ਹੋ ਗਈ ਆ, ਆਂਟੀ ਨੇ ਸਫਾਈ ਕਰਤੀ ਆ, ਆਂਟੀ ਚਾਹ ਪੀਂਦੇ ਪਏ ਆ, ਚਾਹ ਤੂੰ ਵੀ ਪੀਣ ਲੱਗੀ ਆ। ਚਲੋ ਸਬਜ਼ੀ ਤਾਂ ਬਣੀ ਬਹੁਤ ਸਵਾਦ, ਅਤੇ ਮੈਂ ਚੱਲਾਂ ਕੋਠੇ 'ਤੇ,
ਮਾੜਾ ਜਿਹਾ ਦੇਖ ਕੇ ਆਵਾਂ ਮੌਸਮ, ਪਹਿਲਾਂ ਨੂੰ ਲੈਣ ਜਾਣਾ ਟਾਈਮ ਹੋ ਗਿਆ, ਸਕੂਟਰੀ 'ਤੇ ਜਾ ਨਹੀਂ ਹੋਣਾ ਹੈਗਾ, ਮੈਨੂੰ ਲੱਗਦਾ ਬੱਦਲ ਹੋਇਆ ਆ, ਉੱਦਾਂ ਦਾ ਇੱਕ ਘੰਟਾ ਪਿਆ ਹਜੇ ਹੋ ਗਿਆ ਐਂ ਕੋਠਿਓ ਮੈਂ। ਆਪਾਂ ਕੋਠੇ ਚੱਲ ਕੇ ਦੇਖਦੇ ਹਾਂ ਮੌਸਮ ਕਿਹੋ ਜਿਹਾ ਆ, ਮੈਨੂੰ ਲੱਗਦਾ ਨਹੀਂ ਅੱਜ ਸਕੂਟਰੀ 'ਤੇ ਜਾ ਹੋਣਾ, ਕਿਤੇ ਉਹੀ ਨਾ ਹੋਵੇ ਮੀਂਹ ਆ ਜਾਵੇ। ਹਾਂ ਬੱਦਲ ਹੋਇਆ ਆ ਚੰਗਾ, ਕੱਪੜੇ ਘਰਦਿਆਂ ਨੇ ਸੁੱਕਣੇ ਪਾਏ ਹੋਏ ਸਾਰੇ। ਸਾਡਾ ਗੁਲਾਬ ਦਾ ਫੁੱਲ ਬਹੁਤ ਵਧੀਆ, ਬੂਟੇ ਪਾਣੀ ਵੀ ਪਾਉਣਾ ਬੂਟਿਆਂ ਨੂੰ ਸ਼ਾਮ ਨੂੰ, ਲੋੜ ਹੀ ਨਹੀਂ ਜੇ ਮੀਂਹ ਆ ਗਿਆ ਤੇ। ਬੱਦਲ ਹੋਇਆ ਜਾਣਾ ਹੀ ਪੈਣਾ ਅੱਜ, ਗੱਡੀ 'ਚ ਜਾਣਾ ਪੈਣਾ, ਗੱਡੀ ਖੜ੍ਹੀ ਆਓ, ਗੱਡੀ ਖੜ੍ਹੀ ਸਾਡੀ, ਜਾਣਾ ਪੈਣਾ ਗੱਡੀ 'ਚ ਲੈਣ ਅੱਜ। ਚਲੋ ਬੱਦਲ ਹੋਇਆ ਬਹੁਤ ਅਤੇ ਮੀਂਹ ਦੇ ਚਾਂਸ ਆ ਆਉਣ ਦੇ, ਅਤੇ ਫਿਰ ਆਪਾਂ ਜਾਣਾ ਗੱਡੀ 'ਚ ਲੈਣ ਜਾਣਾ ਪੈਣਾ ਅੱਜ। ਹਾਂ ਗੱਡੀ ਲੈ ਲਈ ਯਾਰ, ਚੱਲਣਾ ਮੈਂ ਉਹਨੂੰ ਪਲਕ ਨੂੰ ਲੈ ਕੇ ਆਉਂਦਾ ਹੈ, ਮੌਸਮ ਹੋਇਆ ਬਾਹਰ ਮੀਂਹ ਵਾਲਾ, ਫਿਰ ਮੈਂ ਕਿਹਾ ਫਿਰ ਮੁੜ ਕੇ ਬਿਮਾਰ ਹੋਊਗੀ ਨਾ, ਅਤੇ ਭਿੱਜ ਗਈ ਤੇ ਗੱਡੀ 'ਚ ਚੱਲਦੇ ਹਾਂ। ਮੌਸਮ ਹੋਇਆ ਬਾਰਿਸ਼ ਵਾਲਾ, ਉਹੀ ਗੱਲ ਨਾ ਹੋਵੇ ਮੁੜ ਕੇ ਸਕੂਟਰੀ 'ਤੇ ਜਾਈਏ ਤੇ। ਮਾੜਾ ਮੀਂਹ ਸ਼ੁਰੂ ਹੋ ਗਿਆ ਜੀ, ਰਸ ਨਹੀਂ ਪੀਣੀ ਅੱਜ, ਅੱਜ ਹੈਗਾ ਆ ਮੌਸਮ ਠੰਡਾ, ਤੇ ਇਸ ਕਰਕੇ ਘਰੇ ਜਾ ਖਾਈਓ ਛੋਲੇ ਭਟੂਰੇ। ਹਾਂ ਛੋਲੇ ਭਟੂਰੇ ਬਣਾਏ ਅੱਜ, ਨਹੀਂ ਮੈਂ ਕਹਿੰਦਾ ਛੋਲੇ ਭਟੂਰੇ। ਅੱਛਾ ਤੂੰ ਗਿਆ ਸੀਗਾ, ਮੈਂ ਕਿਹਾ ਜਿਹਾ ਤੈਨੂੰ ਪਤਾ ਹੀ ਨਹੀਂ ਹੈਗਾ, ਚੱਲੀਏ ਫੇਰ। ਚਲੋ ਚੱਲੀਏ, ਲੋ ਜੀ ਅੱਗੇ ਹੈਗਾ ਫਾਟਕ ਬੰਦ, ਪਾਪਾ ਪੁੱਛਦੇ ਆਣਾ ਆ ਇੱਥੇ ਯਾਰ, ਮੀਂਹ ਲੱਗਾ ਆ, ਲੈ ਜਾਈਏ ਅਸੀਂ, ਆ ਗਿਆ ਘਰੇ ਦੁਕਾਨੇ ਜਾ ਰਿਹਾ। ਚਲੋ ਫੇਰ ਠੀਕ ਆ, ਓਕੇ ਚੱਲ ਠੀਕ ਆ ਫੇਰ। ਲੋ ਜੀ ਹਮੇ ਕਹੇ ਚੱਲ ਮੀਂਹ ਲੱਗਾ, ਹਰਮਨ ਨੂੰ ਵੀ ਪੁੱਛ ਲਈਏ, ਫਾਟਕ ਬੰਦ ਆ ਪਰ ਉਹ ਤਾਂ ਪਹਿਲਾਂ ਹੀ ਚਲਾ ਗਿਆ। ਹਾਂ ਮੀਂਹ ਪੈਣ ਲੱਗ ਪਿਆ ਜੀ, ਇਸ ਲਈ ਗਏ ਸੀਗੇ ਗੱਡੀ ਲੈ ਗਏ, ਪੈਣ ਲੱਗ ਪਿਆ ਮੀਂਹ। ਕੁਛ ਵੀ ਨੀ ਹੋਇਆ, ਬਾਹਰ ਉੱਥੋਂ ਤਾਂ ਖੁਸ਼ੀ ਆਈ ਆ। ਕਿਉਂ ਇਹਨਾਂ ਦੀ ਉਹ ਐਨੁਅਲ ਪ੍ਰੈਕਟਿਸ ਸ਼ੁਰੂ ਹੋ ਗਈ, ਤੇ ਵਧੀਆ ਕੀਤਾ ਨਾ ਗੱਡੀ ਲੈ ਕੇ। ਜਿਵੇਂ ਮੀਂਹ ਪੈਣ ਲੱਗ ਪੈਂਦਾ ਤਾਂ ਫਿਰ ਔਖਾ ਹੋ ਜਾਣਾ, ਉੱਥੇ ਵੀ ਪੈਣ ਲੱਗ ਪਏ ਮਾੜਾ ਮਾੜਾ ਜਲੰਧਰ ਵੀ। ਚਲੋ ਰੋਟੀ ਪਾਓ ਯਾਰ, ਭੁੱਖ ਲੱਗੀ ਆ, ਹਰਮਨ ਆ ਗਿਆ ਨਾ, ਬਣਦੇ ਆ। ਯੂਟਿਊਬ ਤੇ ਦੇਖ ਕੇ ਕਦੀ ਨਾ ਟਰਾਈ ਨਾ ਕਰੋ ਕਿ ਭਟੂਰੇ ਬਣਾਉਣੇ ਆ, ਕਿਉਂਕਿ ਯੂਟਿਊਬ ਵਾਲੇ ਸਾਨੂੰ ਨੀ ਪਤਾ ਕਿੱਦਾਂ ਬਣਾਉਂਦੇ, ਅਸੀਂ ਹਰ ਤਰ੍ਹਾਂ ਬਣਾ ਕੇ, ਸਾਡੇ ਭਟੂਰੇ ਕਦੀ ਨੀ ਬਣਦੇ ਹੈਗੇ। ਹਾਂ ਤੇ ਹੁਣ ਫੁੱਲੇ ਕਿ ਨਹੀਂ ਬਾਅਦ ਵਿੱਚ ਆਪਣੇ ਤਰੀਕੇ ਨਾਲ ਫੁੱਲੇ, ਇਹ ਤਾਂ ਚਲੋ ਯੂਟਿਊਬ ਤੇ ਪਹਿਲਾਂ ਬਣਾਇਆ ਨਾ, ਬਾਅਦ ਚੋਂ ਉਹ ਜਿਹੜੇ ਪਰੇ ਆ ਉਹ ਤਾਂ ਪਹਿਲਾਂ ਬਣਾਇਆ ਸੀ, ਬਾਅਦ ਚੋਂ ਬਣੇ ਆ। ਅੱਛਾ ਅੱਛਾ ਅੱਛਾ, ਮਤਲਬ ਕਿ ਇਹ ਆ ਵੀ ਉਹ ਜਿੱਦਾਂ ਉਹ ਬਣਾਉਂਦੇ ਨਾ ਹਲਵਾਈਆਂ ਵਾਂਗੂ, ਅਸੀਂ ਨਹੀਂ ਬਣਾ ਸਕਦੇ ਹੋਰ। ਚਲੋ ਭਟੂਰੇ ਤਾਂ ਭਟੂਰੇ ਹੀ ਆ, ਫਿਰ ਵੀ ਜਿੱਦਾਂ ਦੇ ਵੀ ਹੈਗੇ ਪਾਓ, ਭੁੱਖ ਲੱਗੀ। ਹਰਮਨ ਆ ਗਿਆ ਨਾ, ਕੀਤਾ ਜੀ ਫੋਨ ਉਹਨੂੰ, ਮੈਂ ਕਿਹਾ ਮੀਂਹ ਪੈਂਦਾ ਜਾਣਾ ਤਾਂ ਕਹਿੰਦਾ ਮੈਂ ਪਹੁੰਚ ਗਿਆ ਕਰਤਾਰਪੁਰ, ਉਹ ਚਲ ਗਿਆ ਦੁਕਾਨੇ। ਹਾਂ ਚਲਾ ਗਿਆ ਦੁਕਾਨੇ ਮੈਂ। ਹਾਂ ਹਾਂ ਬੋਲ। ਸੈਲਡ ਕੱਟ ਲਿਆ, ਪਾਓ ਭੁੱਖ ਲੱਗੀ ਯਾਰ। ਛੋਲੇ ਭਟੂਰੇ ਤਿਆਰ ਆ, ਦੇਖਦੇ ਕਿੱਦਾਂ ਦੇ ਬਣੇ ਆ, ਖਾ ਗਏ। ਨਹੀਂ ਨਹੀਂ ਬਹੁਤ ਵਧੀਆ ਬਣੇ ਆ, ਦੇ ਤਾਂ ਥਾਲੀ ਕਿੰਨੀ ਥੋੜੀ ਲੱਗਦੀ ਆ, ਪਾਸ ਉਹ ਵੱਖਰੀ ਫੁੱਲਦੇ ਨੀ ਗੱਲ। ਉਹ ਚਲੋ ਫੁੱਲੇ ਨੀ ਪੂਰੀ ਤਰ੍ਹਾਂ, ਉਹ ਵੱਖਰੀ ਗੱਲ ਆ, ਪਰ ਚਲੋ ਫਿਰ ਵੀ ਬਹੁਤ ਵਧੀਆ ਆ, ਹੁਣ ਖਾ ਕੇ ਦੇਖਦੇ ਆ। ਇਹ ਤਾਂ ਖਾਲੇ ਆ, ਬਹੁਤ ਸਵਾਲ ਬਣੇ ਆ ਵੀ ਭਟੂਰੇ, ਬੇਸ਼ਕ ਨਹੀਂ ਫੁੱਲੇ ਪਰ ਥੋੜੇ ਫੁੱਲੇ ਆ।
ਇਕਦਮ ਨਰਮ ਸਵਾਦ ਆ ਔਰ ਵਿੱਚ ਤੇਲ ਮਾਸਾ ਨੀ ਹੈਗਾ ਇਹਨਾਂ ਦੇ ਤੇਲ ਮਾਸਾ ਨੀ ਹੈਗਾ ਇਹਨਾਂ ਦੇ ਮੈਨੂੰ ਤਾਂ ਬਹੁਤ ਸਵਾਦ ਲੱਗਿਆ ਮੈਂ ਹੁਣ ਚੱਲਾਂ ਖਾ ਪੀ ਕੇ ਚੱਲਾਂ ਦੁਕਾਨ ਤੇ ਮੁੜ ਕੇ ਆ ਗਿਆ ਆਉਂਦਾ ਸ਼ਾਮ ਨੂੰ ਫਿਰ ਮੈਂ ਬਲੂ ਦੇਖ ਇੱਕ ਬੁਰਗੀ ਤੋੜ ਕੇ ਖਾ ਕੇ ਦੇਖ ਪਹਿਲਾਂ ਟੇਸਟ ਰਿਵਿਊ ਦਿਓ ਪਹਿਲਾਂ ਆਪਣਾ ਤੁਹਾਡਾ ਕੀ ਆ ਆਹੋ ਜਦੋਂ ਵਿਆਹ ਦੇ ਤਾਂ ਖਾਂਦੇ ਹੁੰਦੇ ਕੈਮਰਾ ਇੱਦਾਂ ਲੈ ਕੇ ਬਹਿ ਜਾਂਦਾ ਨਾ ਕੈਮਰਾਮੈਨ ਤਾਂ ਤੂੰ ਟੇਸਟ ਦੱਸ ਕਿੱਦਾਂ ਦਾ ਬਸ ਆ ਗਏ ਇੱਦਾਂ ਸਵਾਦ ਆ ਹੁਣ ਫੁੱਲ ਗਏ ਆ ਪਹਿਲਾਂ ਫੁੱਲੇ ਨੀ ਭੜੂਰੇ ਤੇ ਜਦੋਂ ਅਸੀਂ ਖਾਣੇ ਸੀ ਉਦੋਂ ਫੁੱਲੇ ਨੀ ਹੁਣ ਕਹਿੰਦੇ ਲੈ ਹਾਲ ਹੈ ਬਹੁਤ ਵਧੀਆ ਫੁੱਲ ਗਿਆ ਗੇ ਉਹ ਪਤਾ ਕੀ ਗੱਲ ਆ ਫਿਰ ਉਹੀ ਆ ਵੀ ਤੇਲ ਇੱਕ ਵਾਰੀ ਚੰਗੀ ਤਰ੍ਹਾਂ ਗਰਮ ਨੀ ਹੋਇਆ ਸੀਗਾ ਪਹਿਲਾਂ ਹਾਂ ਹਾਂ ਚਲੋ ਠੀਕ ਆ ਓਕੇ ਚੱਲਾ ਮੈਂ ਦੁਕਾਨੇ ਦੇਖੋ ਹੁਣ ਲੜਾਈ ਕਰਦੇ ਆ ਦੇਖ ਲਓ ਲੜਾਈ ਹੁੰਦੀ ਆ ਆ ਦੇਖ ਲਓ ਲੜਾਈ ਹੁੰਦੀ ਆ ਹੁਣ ਇਹਨਾਂ ਦੀ ਪਲਕ ਹਟ ਜਾ ਪੁੱਤ ਪਲਕ ਹਟ ਜਾ ਪਲਕ ਹਟ ਜਾ ਪੁੱਤ ਉਹ ਦਾਦੀ ਨਾਲ ਛੱਡ ਦਈਓ ਤੁਰ ਪੀ ਪਲਕ ਦੇ ਹਰਮਨ ਛੱਡ ਦੇ ਹਰਮਨ ਛੱਡ ਦੇ ਛੱਡ ਦੇ ਛੱਡ ਦੇ ਹਰਮਨ ਛੱਡ ਕੇ ਭੱਜ ਜਾ ਲੋ ਭੱਜ ਲਾ ਮੰਮੀ ਦੇ ਲੋਟ ਆਈ ਹੋਈ ਪਲਕ ਹਟ ਜਾ ਮੰਮੀ ਨੂੰ ਹਟਾਈਓ ਪਲਕ ਨੂੰ ਹਟਾਈਓ ਪੱਲੂ ਮੈਨੂੰ ਹੀ ਜਾਣਾ ਪੈਣਾ ਲੱਗਦਾ ਪਲਕ ਚੱਲ ਚੱਲ ਮੇਰਾ ਪੁੱਤ ਨੀ ਵੇ ਮੇਰਾ 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 ਸੋਹਣਾ ਪੁੱਤ ਮੇਰਾ ਸੋਹਣਾ ਪੁੱਤ ਨੀ ਹੈਗਾ ਮੇਰਾ ਸੋਹਣਾ ਪੁੱਤ ਹੈ ਨਾ ਚੱਲ ਪਹਿਲੇ ਦੇ ਦੇ ਪੁੱਤ ਮਾਰ ਜੀ ਤੇਰਾ ਭਰਾ ਆ ਚੱਲ ਦੇ ਦੇ ਚੱਲ ਦੇ ਦੇ ਤੇਰਾ ਭਰਾ ਆ ਤੈਨੂੰ ਵੀ ਚੀਜ਼ ਲਿਆ ਕੇ ਦਿੰਦਾ ਹੀ ਆ ਚੱਲ ਤੇਰਾ ਭਰਾ ਆ ਚੱਲ ਦੇ ਦੇ ਚੱਲ ਦੇ ਦੇ ਹੋਰ ਚੱਲ ਦੇ ਦੇ ਮੇਰਾ ਪੁੱਤ ਹਾਂ ਤੇਰਾ ਭਰਾ ਆਇਆ ਪੁੱਤ ਚੱਲ ਹੋ ਗਿਆ ਕੀ ਹੋ ਗਿਆ ਮਜ਼ਾ ਆਇਆ ਬਈ ਸਾਗਰ ਦੀ ਵੋਟੀ ਤਾਂ ਬਹੁਤ ਦੁਖੀ ਕੀਤੀ ਆ ਹੁਣ ਤੁਹਾਡੀ ਸੁਲਾਹ ਹੋ ਗਈ ਆ ਚੋਕਲੇਟ ਆ ਗਈ ਆ ਤੇ ਸੁਲਾਹ ਹੋ ਗਈ ਹੈ ਨਾ ਬਣਾ ਲੈਂਦੇ ਆਪਾਂ ਕੋਈ ਨੀ ਓਏ ਸੁਲਾਹ ਹੋ ਗਈ ਤੁਹਾਡੀ ਚਲੋ ਬਲੌਗ ਐਂਡ ਕਰੋ ਹੁਣ ਜਿੰਨੇ ਜਿੰਨੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦੇਣ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਅੱਗੇ ਆ ਨਵਾਂ ਚੈਨਲ ਜਿਹੜਾ ਬਣਾਇਆ ਉਹਨੂੰ ਵੀ ਸਾਰੇ ਜਣੇ ਸਬਸਕ੍ਰਾਈਬ ਕਰ ਦੇਣ ਪਲੀਜ਼ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਲੱਗਦੇ ਨਵਾਂ ਚੈਨਲ ਬਣਾਇਆ ਜੀ ਅਸੀਂ ਇਹਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਹਾਂ ਚਲੋ ਮਿਲਦੇ ਆ ਹੁਣ ਕਿਤੇ ਨੈਕਸਟ ਬਲੌਗ ਦੇ ਵਿੱਚ ਤੂੰ ਵੀ ਬੋਲਦੇ ਕੀ ਬੋਲਣਾ ਚਾਕਲੇਟ ਖਾਣਾ ਨਾ ਭੁੱਲਿਓ ਚਲੋ ਠੀਕ ਹੈ ਜੀ ਓਕੇ